ਤੇ ਕੋਈ ਮਹਿੰਗੀ ਡਿਸ਼ ਜਿਹੜੀ ਤੁਸੀਂ ਅੱਜ ਤੱਕ ਖਾਧੀ ਹੋਵੇ ਤੁਹਾਨੂੰ ਲੱਗੇ ਕਿ ਓ ਮਾਈ ਗੋਡ ਇੰਨੀ ਮਹਿੰਗੀ ਸੀ ਇਹ ਅਬ ਨਹੀਂ ਵੈਸੇ ਕਿਉਂਕਿ ਮੈਂ ਪਹਿਨ ਦਿੱਤੇ ਕਦੀ ਅਮਰਿੰਦਰ ਗਿੱਲ ਦਾ ਕੰਟੈਕਟ ਨੰਬਰ 84 ਯਾ ਅਮਰਿੰਦਰ ਗਿੱਲ ਉਹਨਾਂ ਦੀ ਐਲਬਮ ਦਾ ਨੈਕਸਟ ਪਾਰਟ ਕਦੋਂ ਆ ਰਿਹਾ ਆ हेलो जी, मेरा नाम है प्रीत अटवाल। तुसी देख रहे हो कनेक्ट एफएम दा यूट्यूब चैनल। ए है दिल खोल के बोल। ते ए शो दे विच साडे अज दे गेस्ट ने गुरशबद। हेलो गुरशबद। हेलो सासिका प्रीत, की हाल जी? वधिया वधिया, तुसी सुनाओ किवें हो? वधिया जी, वधिया। सो इना तो नवा नवा गाना आया टेल्स, मेनू गाना बहुत सोहना लगा, पर मैं एक गल नु लेके हैरान सी, तुसी इस गाने दा टाइटल टेल्स क्यों रखिया? क्योंकि कहानियां ही ने क्योंकि कुछ भी वो नहीं है ना कि एक प्रॉपर हुक लाइन आजकल चल रही है ना, इधर चीज़ डिफरेंट डिफरेंट स्टोरीज चल रही है। यार इधर वेच बेसिकली तारीफ ही आ एंड उधर वेच गाल चल रही है, इन्हों दे आत्मक भी कह सकते जी ते इन्हों दुनियावी भी कह सकते जी। सो इस करके सानू इधर कोई ना डिसाइड नहीं हो रहा सी। अच्छा। तो मैंने लगा कि इन्हों टेल्स ही कह जावे क्योंकि ये कहानियां ही ने। ठीक है। तो इस गाने की ऑडियो तो मेरे ख्याल 7-8 महीने पहले ही आ गई सी, तुसी वीडियो नू बड़ा टाइम लिया। ऑडियो एक्चुअली एल्बम का गाना सीगा ते ओदे च कीता सी एंड वीडियो तां करके कि मैं ऑस्ट्रेलिया गया सी, फिर ऑस्ट्रेलिया जाके मैं चलो वीडियो कर ली। ओ मैं ही पुछण वाली सी कि जेडे इस एल्बम दे गाने आ ना बहुत सोहनी लोकेशन ते शूट होए, लोकेशन कित्थों कित्थों दीआं ने, सो तुसीं आप ही दस्सदा कि या ए जेड़ा टेल्स शूट कीता सी, टेल्स बैलेट जगह मेलबर्न दे लागे उत्थे शूट कीता जी। ओके, सो फ्यूचर च केड़े-केड़े होर प्रोजेक्ट आ रहे ने तुहाडे? फ्यूचर दे विच इक ते फिल्म आ रही है गोलक बुगनी बैंक ते बटुआ एंड गीत गा रहे हैं ओपन माइक तो। ते अमरिंदर हुणा ना कोई आ रही होवे तुहाडी कोलैबोरेशन? फिलहाल नहीं है जी कोई, बट प्लान कर रहे हैं। जी चलो, ये तो सारे गाने दे राउंड हो गए सवाल, बट एक छोटा जा रैपिड फायर राउंड आ, मैं सवाल पूछांगी तुसी फटाफट बिना सोचे जवाब देने और सारे ने देने पैने आ। ठीक है। लास्ट फिल्म जिहड़ी तुसी कोई देखी होवे? मैं जी गुड बैड अगली। ओके। थोड़ी फेवरेट पंजाबी डिश? मेरी जी मिठा के नमकीन जिहड़ी मर्जी। अच्छा, मैनू पूड़ियां अच्छी लगती हैं पर अमृतसर वाली काना दी। ਤੇ ਕੋਈ ਮਹਿੰਗੀ ਡਿਸ਼ ਜਿਹੜੀ ਤੁਸੀਂ ਅੱਜ ਤੱਕ ਖਾਧੀ ਹੋਵੇ ਤੁਹਾਨੂੰ ਲੱਗੇ ਕਿ ਓ ਮਾਈ ਗੋਡ ਇੰਨੀ ਮਹਿੰਗੀ ਸੀ ਇਹ? ਅਬ ਨਹੀਂ ਵੈਸੇ ਕਿਉਂਕਿ ਮੈਂ ਪਹਿਨ ਦਿੱਤੇ ਕਦੀ ਯਾਰਾਂ ਦੋਸਤਾਂ ਦੀ ਹੁੰਦੀ ਆ, ਬਸ ਉਹੀ ਆ ਚੱਕਰ ਕੀ, ਕਿਉਂਕਿ ਜੇ ਦਿੱਤੇ ਹੋਣ ਫਿਰ ਹੀ ਪਤਾ ਲੱਗਣਾ ਇੰਨੀ ਮਹਿੰਗੀ ਆ। ਤੇ ਸੈਲਰ ਬਣਨ ਤੋਂ ਬਾਅਦ ਕੋਈ ਤੁਸੀਂ ਮਹਿੰਗੀ ਚੀਜ਼ ਖਰੀਦੀ ਹੋਵੇ? ਨਹੀਂ, ਮੈਨੂੰ ਬਹੁਤਾ ਚੀਜ਼ਾਂ ਨਾਲ ਮੋਹ ਨਹੀਂ ਹੁੰਦਾ, ਪੈਸੇ ਉੱਦਾਂ ਲੱਗ ਜਾਂਦੇ ਕਿ ਪਰ ਚੀਜ਼ਾਂ ਨਾਲ ਬਹੁਤਾ ਮੋਹ ਜਾਂ ਨਹੀਂ ਹੈਗਾ। ਮਹਿੰਗੀ ਚੀਜ਼ ਮੈਨੂੰ ਨਹੀਂ ਖਰੀਦੀ ਨਹੀਂ ਕੋਈ, ਮੈਂ 3-4 ਸਾਲ ਹੋ ਗਏ ਕੱਪੜੇ ਨਹੀਂ ਲਏ। ਇੱਧਰ ਉੱਧਰ ਚੱਲ ਜਾਂਦਾ ਮਤਲਬ ਤੁਹਾਡਾ ਉਹੀ ਹਿਸਾਬ ਹੈ ਕਿ ਯਾਰਾਂ ਦੋਸਤਾਂ ਤੋਂ ਲੈ ਲਏ? ਨਹੀਂ ਨਹੀਂ, ਉਹ ਯਾਰਾਂ ਦੋਸਤਾਂ ਤੋਂ ਨਹੀਂ ਯਾਰ, ਫਿਲਮਾਂ ਖਰੀਦੀਆਂ, ਫਿਲਮਾਂ ਦੇ ਵਿੱਚ ਤਾਂ ਨਵੇਂ ਹੁੰਦੇ ਕੱਪੜੇ ਜਾਂ ਸ਼ੂਟ ਜਿਹੜੇ ਸ਼ੂਟ ਹੁੰਦੇ ਜਾਂ ਜੋ ਗਾਣੇ ਦਾ ਸ਼ੂਟ ਆ ਉਹਦੇ ਵਿੱਚ ਵੀ ਹੁਣ 15-20 ਕਮੀਜ਼ਾਂ ਜਾਂ ਕਿੱਦਾਂ, ਤਾਂ ਫਿਰ ਕਹਿ ਦਈਦਾ ਕਿ ਚਲੋ ਯਾਰ ਇਹ ਸੁੱਟਣੀਆਂ ਥੋੜ੍ਹੀ ਹੁਣ ਆ ਪਾਉਂਦੇ ਹਾਂ। ਠੀਕ ਆ। ਤੁਹਾਡਾ ਇੰਡਸਟਰੀ ਦਾ ਕੋਈ ਸਭ ਤੋਂ ਬੈਸਟ ਫਰੈਂਡ? ਸਾਰੇ ਦੋਸਤ ਨੇ, ਬਾਵਾ ਰਣਜੀਤ ਬਾਵਾ ਹੁਣੀ। ਤੇ ਕੋਈ ਹੈ ਜੋ ਤੁਹਾਨੂੰ ਬਹੁਤ ਇਨਸਪਾਇਰ ਕਰਦਾ ਇਸ ਇੰਡਸਟਰੀ 'ਚ? ਮੈਨੂੰ ਸਾਰੇ, ਹਰ ਕਿਸੇ ਦੀ ਇੱਕ ਛੋਟੀ ਛੋਟੀ ਚੀਜ਼ ਲੈ ਲਈਦੀ ਕਿ ਉਹਦੀ ਉਹ ਚੀਜ਼ ਵਧੀਆ, ਉਹਦੀ ਉਹ ਚੀਜ਼ ਵਧੀਆ, ਸਾਰੇ ਵਧੀਆ ਨੇ। ਓ ਇੱਕ ਸਲਾਹ ਜੋ ਤੁਹਾਨੂੰ ਕਿਸੇ ਨੇ ਦਿੱਤੀ ਹੋਵੇ ਉਹ ਤੁਸੀਂ ਮੰਨੀ ਵੀ ਐਂਡ ਉਸ ਤੋਂ ਬਾਅਦ ਤੇ ਸੁਧਾਰ ਹੀ ਸੁਧਾਰ ਹੋ ਗਿਆ ਜ਼ਿੰਦਗੀ 'ਚ? ਨਹੀਂ, ਇੱਦਾਂ ਦੀ ਕਿਸੇ ਨੇ ਸਲਾਹ ਨਹੀਂ ਦਿੱਤੀ ਕੋਈ ਜੀ। ਨਹੀਂ ਨਹੀਂ, ਸਲਾਹ ਦਿੱਤੀ ਹੈ ਕਿ ਬੇਸਿਕਲੀ ਸਲਾਹ ਇਹੋ ਹੀ ਹੈ, ਮੇਰੇ ਡੈਡੀ ਕਹਿੰਦੇ ਹੁੰਦੇ ਹਮੇਸ਼ਾ ਹੀ ਸਬਰ ਚਲਾਓ, ਸੋ ਸਬਰ 'ਚ ਹੀ ਰਹਿਣਾ ਜ਼ਰੂਰੀ ਹੈ। ਤੇ ਹੌਲੀ ਹੌਲੀ ਕਰਕੇ ਫਿਰ ਗੁੱਡੀ ਚੜ ਰਹੀ ਹੈ ਅਸਮਾਨੀ ਹੈ। ਲਾਸਟ ਕਾਲ ਜੋ ਕਿਸੇ ਨੂੰ ਕੀਤੀ ਹੋਵੇ ਤੁਸੀਂ ਹੁਣੇ? ਹਾਂ, ਲਾਸਟ ਕਾਲ ਮੈਂ ਯੂਵੀ ਵੀਰ ਨੂੰ ਕੀਤੀ, ਮੈਂ ਚੱਲੀਏ। ਤੇ ਲਾਸਟ ਸਰਚ ਜੋ ਤੁਸੀਂ ਫੋਨ 'ਚ ਕੀਤੀ ਹੋਵੇ? ਮੈਂ ਕੀਤੀ ਸੀ ਕਿ ਹਾਂ ਹੁਣੇ ਚੈੱਕ ਕਰ ਰਿਹਾ ਸੀ ਸੈਕਟਰ ਕਿਹੜੇ 'ਚ ਪੈਂਦਾ ਤੁਹਾਡਾ ਆਫਿਸ, ਬਸ ਇਹ ਸਰਚ ਕੀਤੀ। ਉਹ ਮੈਨੂੰ ਲੱਗਾ ਕਿ ਤੁਸੀਂ ਕੁਝ ਇੰਟਰਸਟਿੰਗ ਦੋਗੇ, ਫਿਰ ਮੈਂ ਕਹੂੰਗੀ ਕਿ ਤੁਹਾਡੀ ਯਕੀਨ ਕੀਤਾ ਜਾ ਸਕਦਾ ਕਿ ਨਹੀਂ। ਮੈਂ ਫਿਰ ਇੰਟਰਸਟਿੰਗ ਨਹੀਂ ਤਾਂ ਦੇਣਾ। ਅਮਰਿੰਦਰ ਗਿੱਲ ਦਾ ਕੰਟੈਕਟ ਨੰਬਰ? ਪਿੱਛੇ 84 ਲੱਗਦਾ। ਨਹੀਂ ਪੂਰਾ ਦੇਣਾ ਆ। ਠੀਕ ਹੈ। ਅਮਰਿੰਦਰ ਗਿੱਲ ਉਹਨਾਂ ਦੀ ਐਲਬਮ ਦਾ ਨੈਕਸਟ ਪਾਰਟ ਕਦੋਂ ਆ ਰਿਹਾ ਆ? ਉਹ ਵੀ ਲੱਗੇ ਹੋਏ ਨੇ ਜਲਦੀ, ਆਲਮੋਸਟ ਰੈਡੀ ਆ। ਕਿਉਂਕਿ ਕਾਫੀ ਟਾਈਮ ਤੋਂ ਸਾਰਿਆਂ ਨੂੰ ਵੇਟ ਕਰਾ ਰਹੇ ਨੇ, ਹੈਨਾ ਜੀ? ਆਲਮੋਸਟ ਰੈਡੀ ਆ, ਬਟ ਉਹਨਾਂ ਦੀ ਆਪਣੀ ਸਲਾਹ ਨਹੀਂ ਬਣ ਰਹੀ ਜੀ। ਤੁਹਾਡਾ ਕੋਈ ਟਰੈਕ ਹੋਏਗਾ ਉਹਦੇ 'ਚ? ਨਹੀਂ, ਉਹਨਾਂ ਦੀ ਐਲਬਮ 'ਚ ਮੈਂ ਕੀ ਟਰੈਕ ਕਰਨਾ? ਨਹੀਂ ਮੈਂ ਕਿਹਾ ਸ਼ਾਇਦ ਤੁਸੀਂ ਕੁਝ ਲਿਖਿਆ ਹੋਵੇ ਜਾਂ ਕੁਝ ਗਾਇਆ ਹੋਵੇ। ਨਹੀਂ ਨਹੀਂ, ਮੈਂ ਐਕਚੁਅਲੀ ਕੀ ਆ ਨਾ, ਉਹ ਭੱਜ ਦੀ ਜਿਹੜੀ ਐਲਬਮ ਕਰਦੇ ਉਹ ਸਿੰਗਲ ਹੀ ਕਰਦੇ ਹਮੇਸ਼ਾ ਹੀ, ਯਾ ਪਰ ਫਿਲਮਾਂ ਦੇ ਵਿੱਚ ਅਸੀਂ ਇਕੱਠੇ ਗਾਣੇ ਕਰਾਂਗੇ। ਠੀਕ ਹੈ। ਜਾਂਦੇ ਜਾਂਦੇ ਮੈਨੂੰ ਕੋਈ ਗਾਣਾ ਸੁਣਾ ਜਾਓ। ਕਿਹੜਾ ਸੁਣਾਓਗੇ? ਸੈਲਫੀ, ਸੇਮ ਟਾਊਨ, ਟੇਲਸ? ਤੁਹਾਨੂੰ ਕਿਹੜਾ ਚੰਗਾ ਲੱਗਦਾ? ਮੈਨੂੰ ਸਾਰੇ ਵਧੀਆ ਲੱਗਦੇ ਨੇ, ਬਹੁਤ ਸੋਹਣੇ ਨੇ। ਮੈਨੂੰ ਇਵਨ ਸੇਮ ਟਾਊਨ ਵੀ ਬਹੁਤ ਵਧੀਆ ਲੱਗਦਾ ਆ। ਤੇ ਇੱਕ ਤੁਹਾਡਾ ਗਾਣਾ ਨਾ, ਉਹਦੇ ਮੇਰੇ ਟਾਈਟਲ ਭੁੱਲ ਗਈ, ਜਿਹਦੇ 'ਚੋਂ ਨਾ ਕਿ ਘੜੀਆਂ ਛੱਡ ਕੇ ਖੁੱਲੇ, ਘੜੀਆਂ ਕੁੜੀਆਂ ਲਾ ਕੇ ਮਿਲਤੇ ਖੁੱਲਾ ਟੈਂਪ ਤਾਂ, ਮੈਨੂੰ ਉਹ ਗਾਣਾ ਬਹੁਤ ਕਮਾਲ ਜੀ। ਮੈਂ ਭਾਉ ਜੀ ਸੁਣਾ ਦਿੰਦਾ। ਹਾਂ ਭਾਉ ਜੀ ਸੁਣਾ ਦਿਓ। ਪਾਵਰਾਂ ਉਮਰ ਪਰੇ ਕੋ ਹੱਥ ਰਹਿਣ ਨਾ, ਉੱਡਦੇ
ਪਰਿੰਦੇ ਇੱਕੋ ਟਾਣੀ ਉੱਤੇ ਬਹਿਣਨਾ ਉਹ ਕਦੀ ਉੱਤੇ ਕਦੀ ਥੱਲੇ ਸਿੱਕਾ ਸਦਾ ਵੀ ਨਾ ਚੱਲੇ ਕਦੀ ਉੱਤੇ ਕਦੀ ਥੱਲੇ ਸਿੱਕਾ ਸਦਾ ਵੀ ਨਾ ਚੱਲੇ ਭਾਊ ਜੀ ਹਵਾਵਾਂ ਇੱਕੋ ਪਾਸੇ ਵੱਲ ਬਹਿਣਨਾ ਕਿਆ ਬਾਤ ਹੈ ਬਹੁਤ ਕਮਾਲ ਦਾ ਗਾਣਾ ਇਹ ਸਾਰੇ ਕਹਿ ਰਹੇ ਸੀ ਤੁਹਾਡੀ ਲੁੱਕ ਜਿਹੜੀ ਹੈ ਉਹ ਸਾਊਥ ਫਿਲਮਾਂ ਦੇ ਸਟਾਰਸ ਵਰਗੀ ਲੱਗ ਰਹੀ ਹੈ ਵਧੀਆ ਮੈਨੂੰ ਤੇ ਆਪ ਚੰਗਾ ਲੱਗਾ ਕੀ ਤੁਸੀਂ ਟਰਾਈ ਕਰ ਰਹੇ ਹੋ ਸਾਊਥ ਦੀਆਂ ਫਿਲਮਾਂ ਜੀ ਮੈਂ ਕਰ ਰਿਹਾ ਆ ਰਹੀ ਅੱਲੂ ਅਰਜੁਨ ਦਾ ਨਵੀਂ ਮੇਰੀ ਓ ਮਾਈ ਗੋਡ ਸੋ ਜਲਦੀ ਸਾਨੂੰ ਇਹ ਸਾਊਥ ਚ ਦੇਖਣ ਨੂੰ ਮਿਲਣਗੇ ਫਿਲਹਾਲ ਥੈਂਕ ਯੂ ਸੋ ਮੱਚ ਸਾਡੇ ਸ਼ੋਅ ਚ ਆਉਣ ਦੇ ਲਈ ਸਾਨੂੰ ਆਪਣਾ ਟਾਈਮ ਦੇਣ ਦੇ ਲਈ ਸੋ ਨੈਕਸਟ ਟਾਈਮ ਮਿਲਾਂਗੇ ਖੁੱਲੀਆਂ ਗੱਲਾਂ ਬਾਤਾਂ ਕਰਾਂਗੇ ਤੁਹਾਡੇ ਥੈਂਕ ਯੂ ਸੋ ਮੱਚ ਚਲੋ ਠੀਕ ਹੈ ਥੈਂਕ ਯੂ ਸੋ ਮੱਚ ਓਕੇ ਜੀ ਬਾਏ